ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਹੈ। ਦੋਵਾਂ ਪਾਸਿਆਂ ਤੋਂ ਆਵਾਜਾਈ ਠੱਪ ਕਰ ਦਿੱਤੀ ਗਈ ਹੈ। ਦਰਅਸਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਨੇ ਅਤੇ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਭਾਰਤ ਮਾਲਾ ਦੇ ਪ੍ਰੋਜੈਕਟ ਤਹਿਤ ਜੋ ਜ਼ਮੀਨ ਅਕੁਆਇਰ ਕੀਤੀ ਜਾ ਰਹੀ ਹੈ ਉਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਢੁਕਵਾਂ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਅਤੇ ਪੁਲਿਸ ਪ੍ਰਸ਼ਾਸਨ ਧੱਕੇ ਦੇ ਨਾਲ ਇਹ ਜ਼ਮੀਨ ਅਕੁਆਇਰ ਕਰ ਰਿਹਾ ਹੈ। ਕਾਨੂੰਨ ਮੁਤਾਬਕ ਜਦੋਂ ਤੱਕ 80% ਤੱਕ ਕਿਸਾਨ ਸਹਿਮਤ ਨਾ ਹੋਣ ਤਾਂ ਜ਼ਮੀਨ ਅਕੁਆਇਰ ਨਹੀਂ ਕੀਤੀ ਜਾਂਦੀ ਅਤੇ ਨਾਲ ਹੀ ਉਜਾੜਾ ਭੱਤਾ ਵੀ ਦੇਣਾ ਹੁੰਦਾ ਹੈ, ਪਰ ਅਜਿਹਾ ਨਹੀਂ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪਹਿਲਾਂ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਅਤੇ ਪ੍ਰਸ਼ਾਸਨ ਵੱਲੋਂ ਅਣਦੇਖਿਆ ਕਰਨ ਤੇ ਬਾਅਦ ਦੇ ਵਿੱਚ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ। ਇਸ ਦੌਰਾਨ ਕਾਫ਼ੀ ਦੇਰ ਤੱਕ ਆਵਾਜਾਈ ਵੀ ਠੱਪ ਕੀਤੀ ਗਈ। ਤਾਂ ਦੱਸ ਦਈਏ ਕਿ ਭਾਰਤਮਾਲਾ ਪ੍ਰੋਜੈਕਟ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਅਤੇ ਕਿਸਾਨਾਂ ਦਾ ਕਹਿਣਾ ਇਹੀ ਹੈ ਕਿ ਉਹਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਪੰਜਾਬ ਦੀ ਜ਼ਮੀਨ ਬੇਹੱਦ ਉਪਜਾਊ ਹੈ, ਜ਼ਰਖੇਜ਼ ਹੈ, ਪਰ ਉਸ ਦਾ ਢੁਕਵਾਂ ਮੁਆਵਜ਼ਾ ਉਹਨਾਂ ਨੂੰ ਨਹੀਂ ਮਿਲ ਰਿਹਾ। ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀ ਇਹ ਜ਼ਮੀਨ ਅਕੁਆਇਰ ਕੀਤੀ ਜਾ ਰਹੀ ਹੈ ਅਤੇ ਪਿਛਲੇ ਦਿਨੀਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੁਝ ਥਾਵਾਂ 'ਤੇ ਕਬਜ਼ਾ ਵੀ ਲਿਆ ਗਿਆ ਸੀ ਅਤੇ ਉਸੇ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਸ ਦੌਰਾਨ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਹਾਈਵੇ ਵੀ ਜਾਮ ਕੀਤਾ ਗਿਆ। ਅੱਜ ਜਿਹੜਾ ਸਾਡਾ ਧਰਨਾ ਲੱਗਾ ਵਾ 28 ਤਰੀਕ ਨੂੰ ਪਿੰਡ ਸ਼ੇਖਪਤੇ ਦੇ ਵਿੱਚ, ਜਿਹੜਾ ਵਾ ਬਹੁਤ ਵੱਡਾ ਸਰਕਾਰ ਨੇ ਅਤਿਆਚਾਰ ਕੀਤਾ, ਧੱਕਾ ਕੀਤਾ। ਜਿਹੜੇ ਭਾਰਤਮਾਲਾ ਰੋਡ ਨਿਕਲ ਰਹੇ ਆ ਉਹਨਾਂ 'ਚ ਬਗੈਰ ਦਿੱਤਿਆਂ ਪੈਸੇ ਜਿਹੜਾ ਵਾ ਜਬਰੀ ਕਬਜ਼ਾ ਕਰਨ ਵਾਸਤੇ ਆਏ ਸੀ ਅਤੇ ਨਾਲ ਜਿਨ੍ਹਾਂ ਦੀ ਜ਼ਮੀਨ ਆਉਂਦੀ ਵੀ ਨਹੀਂ ਵਿੱਚ, ਜਿਹੜੇ ਕਿਸਾਨ ਬੇਦੋਸ਼ੇ ਆ ਉਹਨਾਂ ਨੇ ਠੇਕੇ 'ਤੇ ਪੈਲੀਆਂ ਲਗਾਈਆਂ, ਉਹਨਾਂ ਦੀ ਵੀ ਤਬਾਹੀ ਮਚਾ ਕੇ ਰਾਤੀ। ਲਗਭਗ ਤਿੰਨਾਂ ਜ਼ਿਲ੍ਹਿਆਂ ਦੀ ਪੁਲਿਸ ਲੈ ਕੇ ਅਤੇ 2000 ਤੋਂ ਵੱਧ ਜਿਹੜੀ ਪੁਲਿਸ ਫੋਰਸ ਜਿਹੜੀ ਆ ਉਹ ਆਣ ਕੇ ਜਿਹੜਾ ਵਾ ਉਹਨਾਂ ਨੇ ਬਹੁਤ ਧੱਕਾ ਕੀਤਾ ਅਤੇ ਉਸ ਧੱਕੇ ਦੇ ਬਰਖਿਲਾਫ਼ ਜਿਹੜਾ ਮੁਆਵਜ਼ਾ ਲੈਣ ਵਾਸਤੇ ਜਿਹੜਾ ਕਿਸਾਨ ਦੀ ਫਸਲ ਤਬਾਹ ਕੀਤੀ ਉਹ ਅਤੇ ਨਾਲ ਜੋ ਸਾਡੇ ਪੰਜਾਬ ਦਾ ਐਕਟ ਕਹਿੰਦਾ, ਪੰਜਾਬ ਦੇ 2013 ਦਾ ਐਕਟ ਕਹਿੰਦਾ ਵਾ ਵੀ ਕਿਸਾਨ ਦੀ 80% ਸਹਿਮਤੀ ਹੋਵੇ ਫਿਰ ਉਹਨੂੰ ਜਿਹੜਾ ਵਾ ਉਹਨੂੰ ਜਿਹੜਾ ਜਾੜਾ ਪੱਤਾ ਦਿੱਤਾ ਜਾਵੇ, ਨਾਲ ਉਹਦੇ ਬੱਤੀ ਦਾ ਪ੍ਰਬੰਧ ਕੀਤਾ ਜਾਵੇ, ਸਰਵਿਸ ਰੋਡ ਦਾ ਪ੍ਰਬੰਧ ਕੀਤਾ ਜਾਵੇ ਅਤੇ ਨਾਲ ਉਹਦੇ ਪਾਣੀ ਦੇ ਨਿਕਾਸ ਕੀਤੇ ਜਾਣ। ਜੇ ਦੋਵੇਂ ਨੇ ਜ਼ਮੀਨ ਹੁੰਦੀ ਆ ਅਤੇ ਉਹਦੀ ਜਿਹੜੀ ਆ ਤਸੀਮ ਕਰਾ ਕੇ ਜਿਹੜਾ ਵਾ ਉਹਨੂੰ ਇੱਕ ਭਾਗ ਦੇ ਵਿੱਚ ਕੀਤਾ ਜਾਵੇ। ਉੱਥੇ ਸਰਕਾਰ ਨੇ ਕੁਛ ਨਹੀਂ ਕੀਤਾ, ਧੱਕੇ ਦੇ ਨਾਲ ਜ਼ਮੀਨਾਂ ਜਬਰੀ ਅਕਵਾਇਰ ਕਰਨ ਆਏ ਸੀ, ਉੱਧਰ ਅਸੀਂ ਨਟਵਾਂ ਵਿਰੋਧ ਕਰਕੇ ਪਿੱਛੇ ਮੁੜੇ ਆ ਅਤੇ ਉਸੇ ਹੀ ਕੜੀ ਦੇ ਤਹਿਤ ਅੱਜ 2 ਤਰੀਕ ਨੂੰ ਜਿਹੜਾ ਐਲਾਨ ਕੀਤਾ ਸੀ ਕਿ ਅਸੀਂ DC ਦਫ਼ਤਰ ਜਿਹੜਾ ਵਾ ਧਰਨਾ ਲਾ ਕੇ ਅਤੇ ਅਸੀਂ DC ਤੋਂ ਗਾੜੀ ਮੰਗ ਰੱਖਾਂਗੇ ਅਤੇ DC ਨੂੰ ਕਹਾਂਗੇ ਵੀ ਜੋ ਵਿਧਾਨ ਦੇ ਵਿੱਚ ਜੋ ਸੰਵਿਧਾਨ ਕਹਿੰਦਾ, ਜੋ ਐਕਟ ਕਹਿੰਦਾ ਵਾ ਨੈਸ਼ਨਲ ਹਾਈਵੇ ਦਾ, ਉਹਦੇ 'ਤੇ ਜਿਹੜੀ ਸਾਡੇ ਨਾਲ ਗੱਲ ਕੀਤੀ ਜਾਵੇ। ਜਿਹੜੇ ਕਿਸਾਨਾਂ ਦਾ ਧੱਕੇ ਦੇ ਨਾਲ ਜਾੜਾ ਕੀਤਾ ਜਾਵੇ, ਜਿਨ੍ਹਾਂ ਦਾ ਕਸੂਰ ਕੋਈ ਨਹੀਂ, ਜਿੱਥੇ ਜ਼ਮੀਨ ਵੀ ਨਹੀਂ ਆਉਂਦੀ ਆਪਣੇ ਸੜਕ ਦੇ ਵਿੱਚ, ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ DC ਦਫ਼ਤਰ ਸਵੇਰ ਦਾ ਸ਼ਾਂਤ ਬਾਈ ਧਰਨਾ ਦਿੱਤਾ ਸੀ, DC ਨੇ ਸਾਡੀ ਗੱਲ ਨਹੀਂ ਸੁਣੀ। ਫਿਰ ਅਸੀਂ ਜਿਹੜਾ ਵਾ 2 ਵਜੇ ਤੋਂ ਜਿਹੜਾ ਵਾ DC ਦਾ ਘਰਾਓ ਵੀ ਕੀਤਾ, 4 ਵਜੇ ਤੱਕ 3 ਘੰਟੇ ਘਰਾਓ ਕੀਤਾ, DC ਨੇ ਫਿਰ ਸਾਡੀ ਬਾਤ ਨਹੀਂ ਸੁਣੀ, ਨਾ ਕਿ SSP ਨੇ ਸੁਣੀ ਆ। ਫਿਰ ਜਿਹੜਾ ਵਾ ਆ ਮਜਬੂਰੀ ਬਸ ਜਿਹੜਾ ਸਾਨੂੰ ਰੋਡ ਜਿਹੜਾ ਵਾ ਉਹ ਜਾਮ ਕਰਨਾ ਪਿਆ ਵਾ ਅਤੇ ਉਹ ਅਸੀਂ ਜਾਮ ਕੀਤਾ। ਅਸੀਂ ਰਾਹਗੀਰਾਂ ਕੋ ਆਵਾਜਾਈ ਵਾਲਿਆਂ ਕੋ ਅਸੀਂ ਮਾਫ਼ੀ ਚਾਹੁੰਦੇ ਹਾਂ, ਸਾਡਾ ਕੋਈ ਇਸ਼ੂ ਨਹੀਂ ਰੋਡ ਜਾਮ ਕਰਨ ਦਾ, ਪਰ ਇਹ ਸਰਕਾਰ ਸਾਡੀ ਆਵਾਜ਼ ਨਹੀਂ ਸੁਣਦੀ। ਜਿਹੜੀ ਕਹਿੰਦੀ ਸੀ ਦਫ਼ਤਰਾਂ ਦੇ ਵਿੱਚ ਆਓ ਤੁਹਾਡੀ ਗੱਲ ਸੁਣੀ ਜਾਊਗੀ, ਅਜੇ ਤੱਕ ਕਿਸੇ ਦੀ ਗੱਲ ਨਹੀਂ ਸੁਣੀ ਜਾ ਰਹੀ, ਉਹਦੇ ਵਿਰੋਧ ਦੇ ਵਿੱਚ ਅੱਜ ਰੋਡ ਜਿਹੜਾ ਵਾ ਜਾਮ ਕਰਕੇ ਪਿਆ। ਜੋ ਝੰਡੇਰ ਮਹਾਂਪੁਰਖਾ ਪਿੰਡ
ਜਾਂ ਮਤਲਬ ਸ਼ੇਖ ਫਤਿਹ ਪਿੰਡ ਹੋਵੇ ਉਹਦੇ ਵਿੱਚ ਜਿਹੜਾ ਵਾ ਤਿੰਨਾਂ ਜ਼ਿਲ੍ਹਿਆਂ ਦੀ ਪੁਲਿਸ ਲਾ ਕੇ ਤੇ ਵੱਡਾ ਤਸ਼ੱਦਦ ਕੀਤਾ ਤੇ ਜਦੋਂ ਸਾਡੇ ਕਿਸਾਨ ਆਗੂਆਂ ਨੇ ਵਿਰੋਧ ਕੀਤਾ ਤੇ ਵੱਡੀਆਂ ਵੱਡੀਆਂ ਪੋਪਲੈਨਾਂ ਵੱਡੀਆਂ ਵੱਡੀਆਂ ਮਸ਼ੀਨਾਂ ਜਿਹੜੀਆਂ ਵਾ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਗਈ। ਸਾਡੇ ਕੋਈ ਕਈ ਕਿਸਾਨ ਆਗੂਆਂ ਦੇ ਸੱਟਾਂ ਲਾ ਦਿੱਤੀਆਂ, ਕਈਆਂ ਕਿਸਾਨ ਆਗੂਆਂ ਦੇ ਜਿਹੜੀਆਂ ਪੱਗਾਂ ਜਿਹੜੀਆਂ ਲਾ ਦਿੱਤੀਆਂ, ਪਰ ਇਹ ਆ ਕਿ ਜਿਹੜਾ 3 ਕਿੱਲੇ ਝੋਨਾ ਮਿੱਧ ਦਿੱਤਾ ਵਾ ਗੁਰਸੇਵਕ ਸਿੰਘ ਦਾ, ਉਹਦੀ 1-20 ਇੰਚ ਜਿਹੜੀ ਜ਼ਮੀਨ ਆ ਉਹ ਇਸ ਰੋਡ ਦੇ ਵਿੱਚ ਨਹੀਂ ਆਉਂਦੇ, ਕਿਉਂਕਿ ਅਸੀਂ ਪੁੱਛਣਾ ਚਾਹੁੰਦੇ ਇੱਥੋਂ ਦੇ SDM ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ, ਪਟਵਾਰੀ ਕਾਨਗੋ DC ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਤੇਰਾ ਸਾਰਾ ਹੀ ਅਮਲਾ ਫੈਲਾ ਵਾ ਕਿ ਇਹਨਾਂ ਨੇ ਅੱਜ ਤੱਕ ਵੇਖਿਆ ਨਹੀਂ ਕਿ ਸੜਕ ਕਿਹੜੀ ਜਗ੍ਹਾ ਦੇ ਵਿੱਚ ਲੰਘਦੀ ਆ, ਕਿ ਉਹ ਜਿਹੜਾ 3 ਕਿੱਲੇ ਝੋਨਾ ਗੁਰਸੇਵਕ ਸਿੰਘ ਦਾ ਬਰਬਾਦ ਕਰਤਾ ਉਹ ਇਹਨਾਂ ਨੂੰ ਕੀ ਹੱਕ ਘੂ ਗਿਆ। ਮੰਗ ਕਰਦੇ ਹਾਂ ਅਸੀਂ ਅੱਜ ਦੇ ਧਰਨੇ ਦੇ ਵਿੱਚੋਂ ਵੀ, ਮੰਗ ਕਰਦੇ ਹਾਂ ਕਿ 1 ਲੱਖ ਰੁਪਇਆ ਪ੍ਰਤੀ ਏਕੜ ਜਿਹੜਾ ਉਹਨੂੰ ਮੁਆਵਜ਼ਾ ਦਿੱਤਾ ਜਾਵੇ। ਨਾਲ ਜਿਹੜੀ ਗੱਲ ਆ, ਅਸੀਂ ਸਵੇਰ ਦੇ 11 ਵਜੇ ਦੇ ਇੱਥੇ ਧਰਨਾ ਲਾ ਕੇ ਬੈਠੇ ਹਾਂ, ਫਿਰ ਅਸੀਂ 1 ਘੰਟੇ ਦਾ ਐਲਾਨ ਕੀਤਾ ਸੀ ਕਿ DC ਸਾਹਿਬ ਆਣ ਕੇ ਸਾਡੇ ਨਾਲ ਗੱਲ ਕਰਨ, ਪਰ ਇੱਥੋਂ ਦੇ DC ਸਾਹਿਬ ਜਿਹੜੇ ਆ ਤਰਨ ਤਾਰਨ ਦੇ ਸੰਦੀਪ ਕੁਮਾਰ ਜੀ ਉਹ ਸਾਡੇ ਨਾਲ ਜਿਹੜੇ ਆ ਗੱਲ ਕਰਨ ਨੂੰ ਜਿਹੜੇ ਆ ਇੱਥੇ, ਕਿਉਂਕਿ ਗੱਲ ਕਰਨ ਹੀ ਆ ਰਹੇ। ਦੂਸਰੀ ਗੱਲ ਇਹ ਆ ਕਿ ਜਿਹੜੇ ਇੱਥੇ ਅਸੀਂ ਰੋਡ ਜਾਮ ਕੀਤਾ ਇਹਦੇ ਵਿੱਚ ਸਾਡਾ ਕੋਈ ਵੀ ਕਸੂਰ ਨਹੀਂ, ਕਿਉਂਕਿ ਜੇ ਰੋਡ ਜਾਮ ਕਰਾਇਆ ਤੇ DC ਤਰਨ ਤਾਰਨ ਨੇ ਕਰਾਇਆ, ਜਿਹੜੀਆਂ ਵੀ ਇੱਥੇ ਐਂਬੂਲੈਂਸਾਂ ਏਅਰਪੋਰਟ ਵਾਲੀਆਂ ਗੱਡੀਆਂ ਸਕੂਲ ਵਾਲੀਆਂ ਗੱਡੀਆਂ ਜਾਂ ਬਰਾਤ ਵਾਲੀਆਂ ਗੱਡੀਆਂ ਆ ਰਹੀਆਂ ਉਹਨਾਂ ਨੂੰ ਹੀ ਲਗਾ ਰਹੇ ਹਾਂ। ਹੋਰ ਜਿਹੜਾ ਸਾਡੇ ਇੱਥੇ ਵੀਰ ਆ ਕੋਈ ਵੀ ਯਾਤਰੂ ਹੋਣ ਜਾਂ ਕੋਈ ਵੀ ਹੋਰ ਸਾਡਾ ਵੀਰ ਆ, ਕਿਉਂਕਿ ਵੇਖੋ ਏਅਰਪੋਰਟ ਵਾਲੀਆਂ ਗੱਡੀਆਂ ਨਿਕਾ ਰਹੇ ਹਾਂ, ਸਾਡਾ ਕੋਈ ਕਸੂਰ ਨਹੀਂ, ਉਹਨਾਂ ਤੋਂ ਅਸੀਂ ਮਾਫ਼ੀ ਮੰਗਦੇ ਹਾਂ ਕਿ ਵੇਖੋ ਇਹ ਜਿਹੜਾ ਇਹ ਸੜਕ ਬੰਦ ਕਰਾਈ ਆ ਇਹ ਸਾਰਾ ਹੀ ਕਸੂਰ ਜਿਹੜਾ ਵਾ ਜ਼ਿਲ੍ਹਾ ਤਰਨ ਤਾਰਨ ਦੇ DC ਦਾ ਅਤੇ ਪੁਲਿਸ ਪ੍ਰਸ਼ਾਸਨ ਦਾ, ਜਿਹੜੇ ਕਿਸਾਨਾਂ ਮਜ਼ਦੂਰਾਂ ਦੀਆਂ ਗੱਲਾਂ ਕਰਨ ਤੋਂ ਜਿਹੜੇ ਆ ਭੱਜ ਰਹੇ ਹਨ। ਇਹ ਕਿੰਨੀ ਦੇਰ ਤੱਕ ਜਾਮ ਰਹੂਗਾ ਰੋਡ ਹਾਈਵੇ? ਇਹ ਵੇਖੋ ਜੀ, ਓਨੀ ਦੇਰ ਤੱਕ ਜਾਮ ਰਹੂਗਾ ਜਿੰਨੀ ਦੇਰ ਤੱਕ ਇੱਥੋਂ ਦੇ ਡਿਪਟੀ ਕਮਿਸ਼ਨਰ ਆਣ ਕੇ ਸਾਡੇ ਨਾਲ ਮੀਟਿੰਗ ਨਹੀਂ ਕਰਦੇ, ਸੰਘ ਦੇ ਵਿੱਚ ਆਣ ਕੇ ਲੋਕਾਂ ਨੂੰ ਵਿਸ਼ਵਾਸ ਨਹੀਂ ਦਿਵਾਉਂਦੇ ਕਿ ਜਿਹੜੀਆਂ ਉੱਥੇ ਜ਼ਮੀਨਾਂ ਰਿਕਵਾਇਰ ਹੋ ਰਹੀਆਂ ਉਹਨਾਂ ਨੂੰ ਜਿਹੜਾ ਵਾ ਜੋ ਸਾਡਾ ਕਲੈਕਟਰ ਰੇਟ ਆ 6 ਗੁਣਾ ਦੇ ਨਾਲ ਜ਼ਮੀਨਾਂ ਦੇ ਰੇਟ ਤੇ 100% ਜਾੜਾ ਭੱਤਾ ਦੇਵੇ ਤੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਕੇ ਫਿਰ ਜ਼ਮੀਨਾਂ ਰਿਕਵਾਇਰ ਕਰਨ ਵਾਲੇ ਪਾਸੇ ਆਵੇ, ਉਹਨਾਂ ਚਿਰ ਜਿਹੜਾ ਵਾ ਰੋਡ ਜਾਮ ਰਹੂ।